ਸੰਤਾਪੀਆਂ ਮਾਵਾਂ ਨਿਰਮਲ ਕੁਟਿਆ ਸੀਚੇਵਾਲ ਵਿਖੇ ਵਾਤਾਵਰਨ ਦਿਵਸ ਸਬੰਧੀ ਸੈਮੀਨਾਰ ਲੱਗਾ ਸੀ ਜਿਸ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵਿਦਵਾਨਾਂ ਨੇ ਪਰਚੇ ਪੜੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸਮੀਖਿਆ ਕੀਤੀ ਕਿ ਵੇਖੋ ਆਪਾਂ ਸਭ ਨੂੰ ਪਤਾ ਹੈ ਕਿ ਵਾਤਾਵਰਨ ਦੂਸ਼ਿਤ ਹੋਣ ਨਾਲ ਕਿਵੇਂ ਸਾਡੇ ਪਾਣੀ ਗੰਧਲੇ ਹੋ ਰਹੇ ਹੈ ਕਿਵੇਂ ਸਾਰੀ ਜ਼ਹਿਰ ਧਰਤੀ ਮਾਂ ਦੇ ਪੇਟ 'ਚ ਹੀ ਜਾ ਰਹੀ ਹੈ ਖਾਦਾਂ ਕੀੜੇ ਮਾਰ ਦਵਾਈਆਂ ਤੇ کارਖਾਨਿਆਂ ਤੇ ਗੰਦਲੇ ਕੈਮੀਕਲ ਰਲੇ ਪਾਣੀਆਂ ਨਾਲ ਧਰਤੀ ਜ਼ਹਿਰੀਲੀ ਹੋ ਚੁੱਕੀ ਹੈ ਇਸ ਵਿੱਚ ਜੋ ਉਗਾਵਾਂਗੇ ਜ਼ਹਿਰ ਭਰਿਆ ਉਗੇਗਾ ਤੇ ਅਸੀਂ ਸਾਰੇ ਬਿਮਾਰੀਆਂ ਦੇ ਸ਼ਿਕਾਰ ਹੋਈ ਜਾਵਾਂਗੇ ਹੁਣ ਧਰਤੀ ਮਾਂ ਸੰਤਾਪ ਭੋਗ ਰਹੀ ਹੈ ਸਾਰੇ ਰਲ ਕੇ ਹੰਬੜਾ ਮਾਰੀਏ ਤੇ ਇਹਨੂੰ ਬਚਾਈਏ ਪੰਜਾਬੀ ਸਾਥ ਲਾਂਬੜਾ ਵਿਖੇ ਮਾਂ ਬੋਲੀ ਦਿਵਸ ਮਨਾਇਆ ਗਿਆ ਇੰਗਲੈਂਡ ਤੋਂ ਮੋਤਾ ਸਿੰਘ ਸਰਾਈ ਵੀ ਪਹੁੰਚੇ ਕੇਂਦਰੀ ਪੰਜਾਬੀ ਸਹਿਤ ਸਭਾ ਮੀਤ ਪ੍ਰਦਾਨਦੀਪ ਦਵਿੰਦਰ ਸਮੇਤ ਬਹੁਤ ਸਾਰੇ ਬੁੱਧੀਜੀਵੀ ਪਹੁੰਚੇ ਪੰਜਾਬੀ ਸੱਤ ਦੇ ਬਾਨੇ ਡਾਕਟਰ ਨਿਰਮਲ ਸਿੰਘ ਲੰਬੜਾ ਨੇ ਦੂਰੋਂ ਨੇੜਿਓਂ ਆਏ ਸੱਜਣਾ ਨੂੰ ਸਟੇਜ ਤੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਸਭ ਦੀ ਇੱਕ ਹੀ ਸੁਰ ਸੀ ਪੰਜਾਬੀ ਸਾਡੀ ਮਾਂ ਬੋਲੀ ਹੈ ਇਹਦਾ ਕਾਹਨ ਹੋ ਗਿਆ ਹੈ ਸਕੂਲਾਂ 'ਚੋਂ ਪੰਜਾਬੀ ਮੰਫੀ ਹੋ ਰਹੀ ਹੈ ਦਫ਼ਤਰਾਂ 'ਚ ਸਾਰਾ ਕੰਮ ਵਿਦੇਸ਼ੀ ਭਾਸ਼ਾ 'ਚ ਹੋ ਰਿਹਾ ਹੈ ਬੋਰਡ ਵੀ ਮਾਂ ਬੋਲੀ ਨੂੰ ਪਿੱਛੇ ਪਾ ਰਿਹਾ ਹੈ ਇਸ ਵੇਲੇ ਸਾਡੀ ਮਾਂ ਬੋਲੀ ਆਪਣਿਆਂ ਤੋਂ ਸੰਤਾਪ ਖੰਡਾ ਰਹੀ ਐ ਸੋ ਆਓ ਸਾਰੇ ਇਕੱਠੇ ਹੋ ਕੇ ਮਾਂ ਬੋਲੀ ਨੂੰ ਬਚਾਈਏ ਸ਼ਿਲੰਦਰਜੀਤ ਸਿੰਘ ਰਾਜਨ ਨੇ ਪੰਜਾਬੀ ਸਹਿਤ ਸਵਾ ਬਾਬਾ ਬਕਾਲੇ ਵੱਲੋਂ ਮਾਂ ਦਿਵਸ ਤੇ ਸਮਾਗਮ ਰਚਾਇਆ ਆਪਣੀ ਮਾਤਾ ਸੁਰਜੀਤ ਕੌਰ ਦੇ ਨਾਮ ਦਾ ਐਵਾਰਡ ਡਾਕਟਰ ਇਕਬਾਲ ਕੌਰ ਸੋਨਦ ਨੂੰ ਦੇ ਕੇ ਮਾਂ ਨੂੰ ਚੇਤੇ ਕੀਤਾ ਜਦ ਸਾਰੇ ਵਿਦਵਾਨਾਂ ਨੇ ਮਾਂ ਬਾਰੇ ਕਵਿਤਾਵਾਂ ਪੜ੍ਹੀਆਂ ਅੰਤ ਤੇ ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਸੇਵਾ ਸਿੰਘ ਕੌੜਾ ਨੇ ਸਭ ਪਾਸੇ ਮਾਵਾਂ ਨਾਲ ਹੋ ਰਹੇ ਤੱਕੇ ਦਰਦ ਅਤਿਆਚਾਰ ਬੇਘਰੇ ਹੋਣ ਬਾਰੇ ਚਿੰਤਾ ਜ਼ਾਹਰ ਕੀਤੀ ਕਿ ਸਾਨੂੰ ਸਮਾਜ ਚ ਹੋਕਾ ਦੇਣਾ ਚਾਹੀਦਾ ਹੈ ਕਿ ਵੱਦ ਤੋਂ ਵੱਦ ਮਾਵਾਂ ਨੂੰ ਸਰਕਾਰ ਤੇ ਸੰਭਾਲ ਕਰਨ ਲਈ ਸਾਹਿਤ ਰਚਨਾ ਚਾਹੀਦਾ ਹੈ ਜਿਵੇਂ ਜਗ ਜਨਨੀ ਮਾਂ ਸੰਤਾ ਫੰਡਾਉਂਦੀ ਰਹੀ ਜਿਦੇ ਪੁੱਤ ਨਸ਼ਿਆਂ ਚ ਵਹਿ ਗਏ ਤੁਰ ਗਏ ਜੋ ਅੱਜ ਬਿਰਦਾ ਆਸ਼ਰਮਾਂ ਚ ਪੁੱਤਾਂ ਦੀਆਂ ਬਾਹਾਂ ਨੂੰ ਤਰਸ ਰਹੀਆਂ ਜੋ ਅੱਜ ਬਲਾਤਕਾਰਾਂ ਦਾ ਸ਼ਿਕਾਰ ਹੋ ਰਹੀਆਂ ਤਾਂ ਫਿਰ ਦੇਸ਼ ਦਾ ਕੀ ਬਣੂ ਸਾਨੂੰ ਸਭ ਕੰਮ ਛੱਡ ਕੇ ਪਹਿਲਾਂ ਜੱਗ ਜਣਨੀ ਮਾਂ ਨੂੰ ਬਚਾਉਣਾ ਚਾਹੀਦਾ ਹੈ ਤਿੰਨੇ ਪ੍ਰੋਗਰਾਮ اٹੈਂਡ ਕਰਨ ਤੋਂ ਬਾਅਦ ਮੇਰੇ ਜ਼ੈਨ ਹਰ ਵਕਤੇ ਹੀ ਭਾਰ ਰਹਿੰਦਾ ਕਿ ਜਿਸ ਦੇਸ਼ 'ਚ ਤਿੰਨੇ ਮਾਵਾਂ ਸੰਤਾਪ ਦੇ ਰਾਹ ਪੈ ਗਈਆਂ ਉਸ ਦੇਸ਼ ਦੀ ਸਰਕਾਰ ਸਮਾਜ ਰਾਜਨੀਤੀ ਧਰਮ ਸਾਹਿਤ ਤੇ ਸਭ ਲੋਕ ਭਲਾ ਕਿਵੇਂ ਤਰੱਕੀਆਂ ਕਰਨਗੇ ਤੇ ਆਨੰਦ ਮਾਨਣਗੇ ਤੇ ਸੰਤਾਪੀਆਂ ਤਿੰਨ ਮਾਵਾਂ ਦੀ ਸੋਚ ਮੇਰੇ ਹਰ ਕੰਮ ਚ ਰੋੜਾ ਬਣਨ ਲੱਗੀ ਹੈ ਧੰਨਵਾਦ